ਅੱਜਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਡਿਪਰੈਸ਼ਨ ਹੋਣਾ ਇੱਕ ਆਮ ਗੱਲ ਹੋ ਗਈ ਹੈ। ਹਰ ਦੂਸਰਾ ਇਨਸਾਨ ਇਸ ਬਿਮਾਰੀ ਤੋਂ ਗ੍ਰਸਤ ਹੈ। ਲੇਕਿਨ ਅੱਜ ਅਸੀਂ ਜਿਸ ਡਿਪਰੈਸ਼ਨ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਸੀਜ਼ਨਲ ਡਿਪਰੈਸ਼ਨ। ਆਪ ਸਭ ਤੋਂ ਪਹਿਲਾਂ ਇਸ ਦੇ ਲੱਛਣਾਂ ਦੇ ਬਾਰੇ ਗੱਲ ਕਰਦੇ ਹਾਂ। ਇਸ ਦੇ ਲੱਛਣ ਆਮ ਤੌਰ ਤੇ ਸਰਦੀਆਂ ਦੇ ਮੌਸਮ ਵਿੱਚ ਦਿਖਾਈ ਦਿੰਦੇ ਹਨ ਅਤੇ ਗਰਮੀਆਂ ਆਉਂਦੇ-ਆਉਂਦੇ ਇਹ ਹਲੋਪ ਹੋ ਜਾਂਦੇ ਹਨ ਪਰ ਕਈ ਮਾਮਲਿਆਂ ਦੇ ਵਿੱਚ ਇਹ ਉਲਟ ਵੀ ਹੋ ਸਕਦਾ ਹੈ ਸਰਦੀਆਂ ਦੇ ਮੌਸਮ ਵਿੱਚ ਡਿਪਰੈਸ਼ਨ ਦੇ ਲੱਛਣਾਂ 'ਚ ਜ਼ਿਆਦਾ ਸੌਣਾ ਭੁੱਖ ਦਾ ਘਟ ਜਾਣਾ ਜਾਂ ਵੱਧ ਜਾਣਾ ਵਜ਼ਨ ਵਧਣਾ ਥਕਾਨ એનર્ਜੀ ਦੇ ਵਿੱਚ ਕਮੀ ਹਾਈ ਕਾਰਬੋਹਾਈਡਰੇਟਸ ਵਾਲੀਆਂ ਚੀਜ਼ਾਂ ਖਾਣ ਨੂੰ ਦਿਲ ਕਰਨਾ ਆਦ ਸ਼ਾਮਲ ਹੁੰਦਾ ਹੈ ਗਰਮੀਆਂ ਦੇ ਮੌਸਮ ਵਿੱਚ ਡਿਪਰੈਸ਼ਨ ਦੇ ਲੱਛਣਾਂ ਦੇ ਵਿੱਚ ਨੀਂਦ ਨਾ ਆਉਣਾ ਭੁੱਖ ਦਾ ਘਟਣਾ ਵਜ਼ਨ ਘਟਣਾ ਚਿੜਚਿੜਾ ਅਤੇ ਐਂਜਾਇਟੀ ਆਦ ਸ਼ਾਮਲ ਹੁੰਦੇ ਹਨ ਆ ਹੁਣ ਇਸ ਦੇ ਕਾਰਨਾਂ ਬਾਰੇ ਵੀ ਜਾਣ ਲੈਂਦੇ ਹਾਂ ਸਰਦੀਆਂ ਦੇ ਮੌਸਮ ਵਿੱਚ ਸੂਰਜ ਦੀ ਰੌਸ਼ਨੀ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਸਾਨੂੰ ਡਿਪਰੈਸ਼ਨ ਦੇ ਲੱਛਣ ਹੋਣ ਲੱਗ ਜਾਂਦੇ ਹਨ ਦਿਮਾਗ ਵਿੱਚ ਸੈਰੋਟੋਨਿਨ ਕੈਮੀਕਲ ਦੀ ਮਾਤਰਾ ਘਟ ਜਾਂਦੀ ਹੈ ਇਸ ਦਾ ਸਾਡੇ ਮੂਡ ਤੇ ਬੁਰਾ ਪ੍ਰਭਾਵ ਪੈਂਦਾ ਹੈ ਅਜਿਹਾ ਸੂਰਜ ਦੀ ਰੌਸ਼ਨੀ ਦੀ ਕਮੀ ਕਰਨ ਵੀ ਹੁੰਦਾ ਹੈ ਰੁੱਤ ਬਦਲਣ ਨਾਲ ਮੈਲਾਟੋਨਿਨ ਹਾਰਮੋਨ ਦੀ ਮਾਤਰਾ ਵੱਧ ਜਾਂਦੀ ਹੈ ਇਹ ਹਾਰਮੋਨ ਸਾਡੀ ਚੰਗੀ ਨੀਂਦ ਲਈ ਜ਼ਿੰਮੇਵਾਰ ਹੈ ਇਸ ਦੇ ਪ੍ਰਭਾਵ ਨਾਲ ਸਾਡੀ ਨੀਂਦ ਦਾ ਸਰਕਲ ਬਦਲ ਜਾਂਦਾ ਹੈ ਬਹੁਤ ਜ਼ਿਆਦਾ ਸੋਣਾ ਸਾਨੂੰ ਉਦਾਸ ਕਰ ਸਕਦਾ ਹੈ ਹੁਣ ਗੱਲ ਕਰਦੇ ਹਾਂ ਗਰਮੀਆਂ ਵਿੱਚ ਸੀਜ਼ਨਲ ਡਿਪਰੈਸ਼ਨ ਦੇ ਕਾਰਨ ਕੀ ਹੁੰਦੇ ਹਨ ਕੁਝ ਲੋਕ ਬਹੁਤ ਜ਼ਿਆਦਾ ਗਰਮੀ ਬਰਦਾਸ਼ਤ ਨਹੀਂ ਕਰ ਸਕਦੇ ਅਜਿਹੇ ਵਿੱਚ ਉਹਨਾਂ ਨੂੰ ਧੁੱਪ ਨਾਲ ਪਰੇਸ਼ਾਨੀ ਹੋਣ ਲੱਗਦੀ ਹੈ ਬਹੁਤ ਜ਼ਿਆਦਾ ਧੁੱਪ ਲੋਕਾਂ ਵਿੱਚ ਨਿਰਾਸ਼ਾ ਦੀ ਭਾਵਨਾ ਲਿਆਉਂਦੀ ਹੈ ਤੇਜ਼ ਧੁੱਪ ਕਾਰਨ ਲੋਕਾਂ ਦੀ ਨੀਂਦ ਦਾ ਸਰਕਲ ਵੀ ਖਰਾਬ ਹੋ ਜਾਂਦਾ ਹੈ ਮੈਲਾਟੋਨਿਨ ਹਾਰਮੋਨ ਦੇ ਘੱਟ ਹੋਣ ਕਾਰਨ ਉਹਨਾਂ ਨੂੰ ਸੌਣ ਦੇ ਵਿੱਚ ਤਕਲੀਫ ਹੁੰਦੀ ਹੈ ਇਸ ਕਾਰਨ ਉਹਨਾਂ ਨੂੰ ਡਿਪਰੈਸ਼ਨ ਦੇ ਲੱਛਣ ਆਉਣ ਲੱਗਦੇ ਹਨ ਸਰਦੀਆਂ ਦੇ ਉਲਟ ਦਿਮਾਗ ਵਿੱਚ ਰਸਾਇਣਿਕ 세ਰੋਟੋਨਿਨ ਦੀ ਮਾਤਰਾ ਵੱਧ ਜਾਂਦੀ ਹੈ ਜ਼ਿਆਦਾ 세ਰੋਟੋਨਿਨ ਦੀ ਮਾਤਰਾ ਨਾਲ ਲੋਕਾਂ ਦੇ ਵਿੱਚ ਸੋਸ਼ੀਅਲ ਐਂਜਾਇਟੀ ਡਿਸਆਰਡਰ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਜਾਣਦੇ ਹਾਂ ਕਿ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਇਸ ਸਬੰਧੀ ਸਮ ਨੂੰ ਸਭ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣ ਚਾਹੀਦੀ ਹੈ ਉਸ ਤੋਂ ਬਾਅਦ ਦੀ ਗੱਲ ਹੈ ਕਿ ਤੁਸੀਂ ਹਰ ਰੋਜ਼ ਇੱਕ ਸਮੇਂ ਤੇ ਸੌਣ ਅਤੇ ਉੱਠਣ ਦੀ ਆਦਤ ਜ਼ਰੂਰ ਪਾਓ ਤਾਂ ਕਿ ਤੁਹਾਡੀ ਇਹ ਆਦਤ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾ ਸਕੇ ਦੂਸਰੀ ਗੱਲ ਹੈ ਕਿ ਆਪਣੇ ਮਨ ਨੂੰ ਸ਼ਾਂਤ ਰੱਖੋ ਇਸ ਦੇ ਲਈ ਵੱਦ ਤੋਂ ਵੱਧ ਪਾਣੀ ਪੀਓ ਹਵਾਦਾਰੀ ਮਾਹੌਲ ਦੇ ਵਿੱਚ ਰਹੋ ਅਤੇ ਆਰਾਮਦਾਇਕ ਕੱਪੜੇ ਪਹਿਨੋ ਇਸ ਨਾਲ ਤੁਹਾਨੂੰ ਚਿਰਚੜੇਪਨ ਅਤੇ ਗੁੱਸੇ ਤੇ ਕਾਬੂ ਕੌਣ ਦੇ ਵਿੱਚ ਮਦਦ ਮਿਲੇਗੀ ਰੋਜ਼ਾਨਾ ਕਸਰਤ ਜ਼ਰੂਰ ਕਰੋ ਇਹ ਤੁਹਾਨੂੰ ਤਣਾਅ ਉਦਾਸੀ ਅਤੇ ਚਿੰਤਾ ਨੂੰ ਦੂਰ ਕਰਨ ਦੇ ਵਿੱਚ ਮਦਦ ਕਰੇਗਾ ਉਸ ਤੋਂ ਬਾਅਦ ਹੈ ਕਿ ਤੁਸੀਂ ਸਿਮਰਨ ਜ਼ਰੂਰ ਕਰੋ ਸਿਮਰਨ ਕਰਨ ਨਾਲ ਮਨ ਵਿੱਚ ਭੈੜੇ ਵਿਕਾਰ ਦੂਰ ਹੋ ਜਾਂਦੇ ਹਨ ਜੇ ਤੁਸੀਂ ਦਾਸਤਕ ਹੋ ਤਾਂ ਆਪਣੀਆਂ ਮਨਪਸੰਦ ਗਤੀਵਿਧੀਆਂ ਜਿਵੇਂ ਕਿ ਪੇਂਟਿੰਗ ਗਾਉਣਾ ਨੱਚਣਾ ਆਦਿ ਕਰ ਸਕਦੇ ਹੋ ਸਿਹਤਮੰਦ ਖਾਣਾ ਜ਼ਰੂਰ ਖਾਓ ਜੰਕ ਫੂਡ ਜ਼ਿਆਦਾ ਕਾਰਬੋਹਾਈਡਰੇਟ ਭੋਜਨ ਅਤੇ ਤਲੇ ਹੋਏ ਮਸਾਲੇਦਾਰ ਭੋਜਨ ਦਾ ਸਾਡੇ ਦਿਮਾਗ ਤੇ ਬੁਰਾ ਪ੍ਰਭਾਵ ਪੈਂਦਾ ਹੈ ਮੌਸਮੀ ਫਲ ਸਬਜ਼ੀਆਂ ਉੱਚ ਪੋਸ਼ਟਿਕ ਆਹਾਰ ਲੈਣ ਦੀ ਕੋਸ਼ਿਸ਼ ਕਰੋ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਸੰਪਰਕ ਵਿੱਚ ਵੀ ਰਹੋ ਤੁਹਾਨੂੰ ਜੋ ਵੀ ਸਮੱਸਿਆ ਹੈ ਉਸ ਨੂੰ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਦੇ ਨਾਲ ਸਾਂਝਾ ਕਰੋ ਇਸ ਦੇ ਨਾਲ ਤੁਹਾਡਾ ਮਨ ਹਲਕਾ ਹੋ ਜਾਵੇਗਾ ਆਪਣਾ ਇੱਕ ਟਾਈਮ ਟੇਬਲ ਜ਼ਰੂਰ ਬਣਾਓ ਹਮੇਸ਼ਾ ਉਸੇ ਟਾਈਮ ਟੇਬਲ ਦੀ ਪਾਲਣਾ ਕਰੋ ਇਸ ਨਾਲ ਕਿਤੇ ਵੀ ਮਨ ਨਹੀਂ ਭਟਕੇਗਾ ਅਤੇ ਤੁਸੀਂ ਵਧੇਰੇ ਲਾਭਕਾਰੀ ਮਹਿਸੂਸ ਕਰੋਗੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ